ਸੋਨ ਨੂੰ ਪਿਆਰ ਪਰਸ਼ਰ ਸ਼ਕਾਲੋਸ ਗਲ ਕਰਨ ਜਾ ਰਹੇ ਹਨ ਕਾਰਨ ਆਇਲ ਜਿਵੇਂ ਤੁਹਾਨੂੰ ਪਤਾ ਦੋਸਤੋ ਕਰਨ ਆਇਲਾ ਦੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿੰਦੇ ਵਿੱਚ ਲਾਰਸ ਬਿਸ਼ਨੋਈ ਦਾ ਬ੍ਰਦਰ ਅਨਮੋਲ ਬਿਸ਼ਨੋਈ ਦਿਖਾਇਆ ਗਿਆ ਸੀ ਤਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਗੱਲਾਂ ਹੋ ਰਹੀਆਂ ਸੀ ਇਸ ਵੀਡੀਓ ਬਾਰੇ ਜਿਸ ਤੋਂ ਬਾਅਦ ਕਰਨ ਆਇਲਾ ਨੇ ਇਸ ਦੇ ਉੱਪਰ ਕਲੀਅਰਿਫਿਕੇਸ਼ਨ ਦਿੱਤੀ ਹੈ ਤੁਹਾਨੂੰ ਆਸ ਹੈ ਦੋਸਤੋ ਇਸ ਦੇ ਪਿੱਛੇ ਕੀ ਕਾਨਫਰੈਂਸੀ ਹੋ ਸਕਦੀ ਹੈ ਜਿਵੇਂ ਤੁਹਾਨੂੰ ਪਤਾ ਦੋਸਤੋ ਕਰਨ ਆਇਲਾ ਦੀ ਰੀਸੈਂਟ ਇੱਕ EP ਰਿਲੀਜ਼ ਹੋਈ ਸੀ ਚਾਰ ਗਾਣਿਆਂ ਦੀ ਚਾਰੇ ਦੀ ਵੀਡੀਓ ਰਿਲੀਜ਼ ਕੀਤੀਆਂ ਗਈਆਂ ਸੀ ਤੇ ਚਾਰੇ ਹੀ ਗਾਣੇ ਸੁਪਰ ਡੂਪਰ ਹਿੱ ਪਹੁੰਚ ਚੁੱਕੇ ਨੇ ਜਿਹੜੇ ਲੈਵਲ ਤੇ ਹਜੇ ਟਾਵਾ-ਟਾਵਾ ਸਿੰਗਰ ਹੀ ਹੈਗਾ ਯਾਨੀ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਟਾਈਮ ਟੌਪ ਦੇ ਉੱਪਰ ਪਹੁੰਚੇ ਹੋਏ ਨੇ ਨਾਲ ਦੋਸਤੋ ਤੁਹਾਨੂੰ ਇਹ ਵੀ ਪਤਾ ਹੋਵੇਗਾ ਕੁਝ ਟਾਈਮ ਦੇ ਵਿੱਚ ਹੀ ਕਰਨ ਔਜਲਾ ਦੀ ਇੱਕ ਹੋਰ ਐਲਬਮ ਰਿਲੀਜ਼ ਹੋਣੀ ਹੈ ਲੇਕਿਨ ਉਹ ਐਲਬਮ ਰਿਲੀਜ਼ ਤੋਂ ਪਹਿਲਾਂ ਹੀ ਇਹ ਵੀਡੀਓ ਜਿਹੜੀ ਹੈਗੀ ਇਹ ਬਿਸ਼ਨੋਈ ਵਾਲੀ ਇਹਨੂੰ ਵਾਇਰਲ ਕੀਤਾ ਜਾਂਦਾ ਹੈ ਤਾਂ ਦੋਸਤੋ ਇਹ ਇੰਡੀਕੇਟ ਕਰਦੀ ਹੈ ਕਿ ਕਰਨ ਔਜਲਾ ਨੂੰ ਬਦਨਾਮ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਚੱਲਦੀ ਪਈ ਹੈ ਤੁਹਾਨੂੰ ਇਹ ਵੀ ਪਤਾ ਹੋਵੇਗਾ ਦੋਸਤੋ ਸਿੱਧੂ ਮੂਸੇਵਾਲੇ ਜਿਹੜੇ ਫੈਨਸ ਸਗੇ ਸੀ ਉਹ ਵੀ ਹੁ ਉਸੇਗੇ ਸੀ ਉਹ ਕਲੀਅਰ ਹੋ ਚੁੱਕੇ ਸੀ ਇਹ ਗੱਲ ਨੂੰ ਕਨਫਰਮ ਕਰ ਚੁੱਕੇ ਨੇ ਕਰਨ ਔਇਲਾ ਆਲਰੇਡੀ ਹੋ ਜੜੇ ਬਾਕੀ ਸਿੰਘ ਰਹੇ ਨੇ ਜਿਨ੍ਹਾਂ ਦਾ ਕੰਮ ਨਹੀਂ ਚੱਲਦਾ ਕਰਨ ਔਇਲਾ ਕਰਕੇ ਉਹ ਸਿਰਫ ਕਰਨ ਉਹਨਾਂ ਨੂੰ ਬਦਨਾਮ ਕਰਨ ਦੇ ਬਹਾਨੇ ਲੱਭਦੇ ਪਏ ਨੇ ਉਸੇ ਚੱਕਰ ਦੇ ਵਿੱਚ ਇਸ ਵੀਡੀਓ ਨੂੰ ਕਾਫੀ ਦਾ ਵਾਇਰਲ ਕੀਤਾ ਗਿਆ ਸ਼ਹਿਰੀ ਮਾਨ ਦੇ ਨਾਲ ਵੀ ਦੋਸਤੋ ਇਹੀ ਕੋਸ਼ਿਸ਼ ਹੋਇਆ ਸ਼ਹਿਰੀ ਮਾਨ ਨੂੰ ਹੀ ਬਦਨਾਮ ਕੀਤਾ ਗਿਆ ਸੀ ਪਹਿਲਾਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸ਼ਹਿਰੀ ਮਾਨ ਪੰਜਾਬੀ 뮤직 ਇੰਡਸਟਰੀ ਦਾ ਉਹ ਬੰਦਾ ਸੀ ਜਿਹੜਾ ਯਾਰ ਆ ਨਾ ਯਾਰ ਹੈ ਲੇਕਿਨ ਸ਼ਹਿਰੀ ਮਾਨ ਦੀ ਬਦਨਾਮੀ ਕਾਫੀ ਦਾ ਕੀਤੀ ਗਈ ਹੁਣ ਕਰਨ ਔਇਲੇ ਤੇ ਸ਼ਹਿਰੀ ਮਾਨ ਨੂੰ ਇਕੱਠਿਆਂ ਨੂੰ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਉਹ ਚੱਲਦੀ ਪਈ ਹੈ ਨਾਲ ਦੋਸਤ ਇੱਕ ਵੀਡੀਓ ਦੀ ਗੱਲ ਕਰਨੇ ਆ ਜਿੰਦੇ ਵਿੱਚ ਇੱਕ ਲੜਕੀ ਗੱਲ ਕਰਦੀ ਪਈ ਹੈ ਸ਼੍ਰੀ ਬਰਾੜ ਦੀ ਸ਼੍ਰੀ ਬਰਾੜ ਦੇ ਉੱਪਰ ਸੰਗੀਨ ਇਲਜ਼ਾਮ ਲਗਾਉਂਦੀ ਪਈ ਹੈ ਆਉ ਤੁਹਾਨੂੰ ਦਿਖਾਣੇ ਆ ਉਹ ਵੀਡੀਓ ਕਿੰਨੇ ਕਿੱਥੇ ਕਿੰਨੂੰ ਯੂਜ਼ ਕੀਤਾ ਇਹ ਸਾਰੀ ਪੰਜਾਬ ਇੰਡਸਟਰੀ ਜਾਣਦੀ ਹੈ ਕਿੱਦਾਂ ਕਿੱਦਾਂ ਕਿਸੇ ਤੋਂ ਕੰਮ ਕਢਵਾਈ ਦਾ ਇਹ ਸ਼੍ਰੀ ਬਰਾੜ ਜਾਣਦਾ ਤੇ ਕਿੱਦਾਂ ਕਿਸੇ ਦੀ ਧੀ ਦੀ ਇੱਜ਼ਤ ਰੋਲੀ ਦੀ ਇਹ ਸ਼੍ਰੀ ਬਰਾੜ ਦਾ ਟੱਬਰ ਜਾਣਦਾ ਤੇ ਕਿੱਥੇ ਕਿੱਥੇ ਤੁਸੀਂ ਲੁਕਦੇ ਫਿਰਦੇ ਹੋ ਇਹ जग ਜਾਣਦਾ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਬੈਲ ਆਈਕਨ ਤੇ ਕਲਿੱਕ ਕਰ ਲੈ ਤਾਂ ਇਹ ਤੁਹਾਨੂੰ ਸਾਡੇ ਚੈਨਲ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ